ਸਕੂਲ ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ ਉੱਤੇ ਦੁਬਾਰਾ ਫਿਰ ਤੁਹਾਡਾ ਸਵਾਗਤ। ਬਲਾਕ ਦਸੂਆ 2 ਹੁਸ਼ਿਆਰਪੁਰ, ਇੱਥੇ ਬਲਾਕ ਦੇ ਵਿੱਚ ਟ੍ਰੇਨਿੰਗ ਲੱਗੀ ਹੋਈ ਹੈ, ਟੀਚਰਸ ਦੀ ਟ੍ਰੇਨਿੰਗ ਹੈ। ਸੈਕਟਰੀ ਸਾਹਿਬ ਉਹ ਟ੍ਰੇਨਿੰਗ ਨੂੰ ਮੋਨੀਟਰ ਕਰਨ ਲਈ ਔਰ ਕੁਝ ਗੱਲਾਂ ਕਰਨ ਲਈ ਆਏ ਨੇ, ਅਤੇ ਆਓ ਆਪਾਂ ਅੰਦਰ ਚੱਲਦੇ ਹਾਂ ਔਰ ਅਸੀਂ ਦੇਖਦੇ ਹਾਂ ਜੋ ਟ੍ਰੇਨਿੰਗ ਚੱਲ ਰਹੀ ਹੈ। ਇਹ ਰਿਸੋਰਸ ਸੈਂਟਰ ਹੈਗਾ ਦਸੂਆ 2 ਦਾ। ਛੋਟੀ ਹੈ
ਜਿਹੜੇ ਹੁਣ ਫੇਸਬੁੱਕ ਨਾਲ ਜੁੜੇ ਨੇ ਉਹਨਾਂ ਦੀ ਜਾਣਕਾਰੀ ਦੱਸਦੇ ਹਾਂ ਕਿ ਕਲਸਟਰ ਰਿਸੋਰਸ ਸੈਂਟਰ ਹੈਗਾ ਜਲੋਟਾ ਦਸੂਆ 2 ਜ਼ਿਲ੍ਹਾ ਹੁਸ਼ਿਆਰਪੁਰ ਦਾ। ਉਹਦੇ 'ਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਤਹਿਤ ਪ੍ਰਾਇਮਰੀ ਪੱਧਰ ਦੀ ਬਲੋਕ ਪੱਧਰੀ ਸਿਖਲਾਈ ਵਰਕਸ਼ਾਪ ਚੱਲ ਰਹੀ ਹੈ ਬਲੋਕ ਪ੍ਰਾਇਮਰੀ ਸਿੱਖਿਆ ਅਫਸਰ ਦਸੂਆ 2 ਦੇ ਅੰਡਰ। ਅੱਜ ਸੈਕਟਰੀ ਸਕੂਲ ਐਜੂਕੇਸ਼ਨ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਆਏ ਹੋਏ ਨੇ ਅਤੇ ਟ੍ਰੇਨਿੰਗ ਨੂੰ ਦੇਖਣ ਲਈ ਦਮਨੀਟਰ ਕਰਨ ਲਿਆ। ਬੈਸਟ ਆਫ ਯੂ ਆਰ ਈਟੀਡੀ ਟੀਚਰ। ਚਲੋ ਸ਼ਾਬਾਸ਼, ਬਹੁਤ ਵਧੀਆ, ਵੈਰੀ ਗੁੱਡ। ਬਤਾਓ ਜੀ, ਟ੍ਰੇਨਿੰਗ ਕੈਸੀ ਚੱਲ ਰਹੀ ਹੈ, ਕੈਸੀ ਨਹੀਂ ਚੱਲ ਰਹੀ? ਮੋਰ ਆਪਾਂ ਨੂੰ ਸੁਣਾ ਰਹੀ ਹੈ, ਬੋਸ ਤੋਂ ਨਹੀਂ ਲੱਗ ਰਿਹਾ? ਨਹੀਂ ਬੋਰੀਅਤ ਹੋ ਰਹੀ ਹੈ ਤਾਂ ਦੱਸੋ। ਫੁੱਲ ਇੰਜੋਇਮੈਂਟ, ਜੇ ਬੋਰੀਅਤ ਹੋ ਤਾਂ ਯੂ ਕੈਨ ਡਿਸਕਸ ਮੈਨੀ ਥਿੰਗਸ, ਕੋਈ ਹੋਰ ਕੋਈ ਚੀਜ਼ ਡਿਸਕਸ ਕਰ ਲਓ, ਤੇ ਕੋਈ ਗੱਲ ਨਹੀਂ। ਜਦੋਂ ਬੋਰੀਅਤ ਹੋ ਰਹੀ ਤਾਂ ਕਹਾਣੀ ਸੁਣਾ ਦੇਵੇ, ਕੁਛ ਹੋਰ ਕੁਛ ਕਰ ਲਵੇ। ਥੈਂਕ ਯੂ, ਥੈਂਕ ਯੂ ਸੋ ਮਚ। ਮੈਨੂੰ ਇੰਨੀ ਖੁਸ਼ੀ ਹੋ ਰਹੀ ਤੁਹਾਨੂੰ ਮਿਲ ਕੇ ਇੱਥੇ, ਔਰ ਇਹ ਚਾਂਸ ਦੀ ਚਾਂਸ ਹੀ ਕਹਿ ਲਓ, ਮੈਂ ਤਾਂ ਇਹ ਕਹਾਂਗਾ ਵੈਸੇ ਅਤੇ ਇੱਧਰੋਂ ਲੰਘਣਾ ਫਿਰ ਇੱਥੇ ਆ ਕੇ ਕਿ ਚਲੋ ਕੁਛ ਸੈਂਟਰਾਂ 'ਤੇ ਜਾਣਾ, ਸਾਰਿਆਂ ਤੋਂ ਜਾਇਆ ਨਹੀਂ ਜਾਂਦਾ। ਅਤੇ ਆਈ ਐਮ ਵੈਰੀ ਲੱਕੀ ਕਿ ਤੁਹਾਡੇ ਸੈਂਟਰ ਦੇ ਵਿੱਚ ਕਿਹਾ, ਮਤਲਬ ਚੰਗੀ ਗੱਲ ਹੈ, ਸ਼ਾਬਾਸ਼, ਬਹੁਤ ਵਧੀਆ। ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਆਪਣਾ ਜੋ ਹੈ ਨਾ ਜੋ ਸਿਸਟਮ ਟੀਚਰ ਨੂੰ, ਆਪਾਂ ਨੂੰ ਕਦੀ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਸਿਰਫ ਆਪਾਂ ਟੀਚਰ ਆ ਦੁਨੀਆ ਪਤਾ ਨਹੀਂ ਕੀ ਕੁਛ ਬੋਲੀ। ਦੇਖੋ ਸਾਡੇ ਬਾਰੇ ਲੋਕਾਂ ਦਾ ਇਹ ਵੀ ਹੈ ਕਿ ਅਸੀਂ ਕੰਮ ਨਹੀਂ ਕਰਦੇ, ਅਸੀਂ ਉਹ ਕੁਛ ਨਹੀਂ ਕਰਦੇ, ਪਰ ਇਹ ਗੱਲ ਨਹੀਂ, ਇਹ ਗੱਲ ਨਹੀਂ ਹੈ। ਜਿਹੜਾ ਆਮ ਆਦਮੀ ਔਰ ਜੋ ਗਰੀਬ ਆਦਮੀ ਹੈ ਉਹ ਸਾਡੇ 'ਤੇ ਬਹੁਤ ਜ਼ਿਆਦਾ ਡਿਪੈਂਡ, ਉਹਦੇ ਉਹਦਾ ਜਿਹੜਾ ਫਿਊਚਰ ਹੈ ਇੱਕ ਬੱਚੇ ਦੀ ਜ਼ਿੰਦਗੀ, ਦੇਖੋ ਇਹ ਫਾਊਂਡੇਸ਼ਨ ਹੈ। ਮਕਾਨ ਕੋਈ ਬਣਦਾ ਨਹੀਂ ਜੇ ਆਪਾਂ ਨੀਵਾਂ ਸੁੱਖ ਕੇ ਜੇ ਉਹ ਨਾ ਪਾਈਏ ਤਾਂ, ਅਤੇ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਜੇ ਉਹਨੂੰ ਨਹੀਂ ਪੜ੍ਹਾਂਗੇ ਤਾਂ ਉਹਨੂੰ ਵੱਡਾ ਹੋ ਕੇ ਉਹਨੇ ਕੀ ਕਰ ਲੈਣਾ? ਅਤੇ ਮੰਨ ਲਓ ਬਾਅਦ ਦੇ ਵਿੱਚ ਉਸ ਬੱਚੇ ਨੂੰ ਆਪਾਂ ਚਾਹੇ ਤੁਸੀਂ ਆਕਸਫੋਰਡ ਭੇਜ ਦਿਓ, ਜਿੱਥੇ ਨੌਕਰੀ ਭੇਜ ਦਿਓ, ਪਰ ਆਕਸਫੋਰਡ ਜਾਣ ਜੋਗਾ ਹੋਏ ਤਾਂ ਸਹੀ ਪੈ ਰਹੇ। ਇਹ ਚੀਜ਼ਾਂ ਸਾਡੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਦੂਸਰੀ ਚੀਜ਼ ਜੋ ਮੈਂ ਨੋਟ ਕੀਤੀ ਇਹ ਹੈ ਕਿ ਆਪਣੇ ਟੀਚਰਸ ਦੇ ਵਿੱਚ ਮੈਂ ਬਹੁਤ ਜ਼ਿਆਦਾ ਐਨਰਜੀ ਔਰ ਇਤਨੀ ਜ਼ਿਆਦਾ ਇਨੋਵੇਸ਼ਨ ਮੈਂ ਦੇਖਣ ਨੂੰ ਮਿਲੀ ਹੈ। ਹੁਣੇ ਮੈਂ ਪਿਛਲੇ ਇੱਕ ਸਕੂਲ ਦੇ ਵਿੱਚ ਆਇਆ, ਸਾਰੇ ਟੀਚਰਸ ਨੇ ਹਰ ਕੋਈ ਆਪਣਾ ਇੱਕ ਨਵੇਂ ਕਾਰਡ ਕੱਢੀ ਹੋਈ, ਨਵੀਂ ਸਮੱਸਿਆ ਅਤੇ ਨਵੀਂ ਕਾਰਡ, ਨਵਾਂ ਸੋਲਿਊਸ਼ਨ। ਵਟਸਐਪ ਗਰੁੱਪਾਂ ਦੇ ਵਿੱਚ ਇੱਕ ਗਰੁੱਪ ਬਣਿਆ ਇੱਥੇ ਟੈਲੈਂਟਿਡ ਟੀਚਰਸ ਨਾਮ ਕਰਕੇ, ਕੁਛ ਟੀਚਰਸ ਨੇ ਬਣਾਇਆ ਅਤੇ ਉਹਨਾਂ ਦਾ ਮੈਨੂੰ ਕਿਸੇ ਨੇ ਮੈਸੇਜ ਭੇਜਿਆ ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਵੀ ਜੀ ਤੁਸੀਂ ਗਰੁੱਪ 'ਚ ਪਾ ਲਓ, ਮੈਂ ਕੋਈ ਕੰਟਰੀਬਿਊਟ ਨਹੀਂ ਕਰੂੰਗਾ ਐਂਡ ਆਈ ਵਿਲ ਨੋਟ ਗੇਅਰ। ਉੱਥੇ ਮਤਲਬ ਇੰਨੀ ਜ਼ਿਆਦਾ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਕਿ ਮਤਲਬ ਮੈਨੂੰ ਕਦੀ ਉਹ ਚੀਜ਼ਾਂ ਪਤਾ ਨਹੀਂ ਚੱਲਿਆ ਵੀ ਇੰਨਾ ਕੁਛ ਵੀ ਸਕੂਲਾਂ ਦੇ ਵਿੱਚ ਹੋ ਸਕਦਾ, ਇੰਨਾ ਸਭ ਕੁਛ ਵੀ ਸਾਡੇ ਸਰਕਾਰੀ ਸਕੂਲ ਦੇ ਟੀਚਰਸ ਦੇ ਵਿੱਚ ਉਹ ਚੀਜ਼ਾਂ ਹੋ ਸਕਦਾ। ਇਹ ਸਾਨੂੰ ਨਹੀਂ ਕਦੀ ਮੰਨਣਾ ਚਾਹੀਦਾ ਕਿ ਵੀ ਆਪਾਂ ਸਰਕਾਰੀ ਸਕੂਲ ਦੇ ਟੀਚਰ ਹੈਗੇ ਹਾਂ ਜਾਂ ਸਰਕਾਰੀ ਮੁਲਾਜ਼ਮ ਹੈਗੇ ਹਾਂ ਕਿ ਸਾਡੇ ਕੋਲ ਕੁਛ ਹੈ ਨਹੀਂ ਜਾਂ ਆਪਾਂ ਕੁਛ ਕਰ ਨਹੀਂ ਸਕਦੇ। ਬਹੁਤ ਬਹੁਤ ਵੱਡੀ ਕਾਬਲੀਅਤ ਸਾਡੇ ਕੋਲ ਹੈ, ਔਰ ਜੇ ਆਪਾਂ ਸਾਰੇ ਚਾਹੀਏ ਨਾ ਤਾਂ ਇੰਨਾ ਪੂਰਾ ਮਤਲਬ ਘੁੰਮਾ ਸਕਦੇ ਹਾਂ ਸਾਰੀ ਚੀਜ਼ਾਂ ਨੂੰ। ਇੱਕ ਮਤਲਬ ਇਹ ਕ੍ਰਾਂਤੀ ਜੋ ਰੀਅਲ ਰਿਵੋਲਿਊਸ਼ਨ ਜੋ ਹੈ ਉਹ ਆਪਣੇ ਇੱਕ ਆਪਣਾ ਹੀ ਡਿਪਾਰਟਮੈਂਟ ਇੱਕ ਆਪਣਾ ਸਿਸਟਮ ਲੈ ਕੇ ਦੇ ਸਕਦੇ। ਪ੍ਰਾਈਵੇਟ ਸਕੂਲਾਂ 'ਚ ਆਪਾਂ ਜਿੱਥੇ ਮਰਜ਼ੀ ਚਲੇ ਜਾਓ, ਇਹ ਨਹੀਂ ਕੋਈ ਗੱਲ ਹੈ ਜੀ, ਮੈਂ ਇੱਕ ਦੋ ਸਕੂਲਾਂ 'ਚ ਜਾ ਕੇ ਵੀ ਦੇਖਿਆ, ਉਹ ਬੱਚਿਆਂ ਦੀ ਸਿਰਫ ਜਿਹੜੀ ਦਿੱਖ ਹੈ ਨਾ ਸਿਰਫ ਉਹ ਇੱਕ ਪ੍ਰਾਈਵੇਟ ਹੈ, ਐਕਚੁਅਲ ਬੱਚੇ ਨੂੰ ਉਹਨਾਂ ਨੂੰ ਪਛਾਣਦਾ ਨਹੀਂ ਹੈ, ਬਿਲਕੁਲ ਖੋਖਲੇ ਹੈ। ਇਹ 10-20-30 ਸੈਂਟੈਂਸ ਸਿਖਾ ਦਈਏ, ਇਹ ਟਾਈ ਸਾਈ ਲਗਾ ਕੇ ਉਹ ਕੁਛ ਕਰਕੇ, ਇਹ ਨਹੀਂ ਗੱਲ ਹੈ। ਆਪਣੇ ਜੋ ਸਰਕਾਰੀ ਸਕੂਲਾਂ ਵਿੱਚ ਇਤਨੀ ਪ੍ਰਾਈਮਰੀ ਕਲਾਸਿਸ ਚੱਲ ਰਹੀ ਹੈ, ਮਤਲਬ ਇਤਨੀ ਜ਼ਿਆਦਾ ਮਿਹਨਤ ਟੀਚਰਸ ਨੇ ਕੀਤੀ ਹੈ। ਐਕਚੁਅਲੀ ਮੈਨੂੰ ਵੀ ਯਕੀਨ ਨਹੀਂ ਸੀਗਾ ਪਹਿਲੇ, ਮੈਂ ਸੋਚਦਾ ਸੀ ਚਲੋ ਆਪਾਂ ਸਟਾਰਟ ਕਰੀਏ ਦੇਖਦੇ ਹਾਂ ਕਦੋਂ ਕਦੋਂ ਇੰਨੀ ਇਹ ਬਣ ਜਾਏਗਾ, ਪਰ ਸਾਲ ਦੇ ਵਿੱਚ ਵਿੱਚ ਹੀ ਟੀਚਰਸ ਨੇ ਇੰਨੀ ਮਿਹਨਤ ਕਰਕੇ ਨਾ ਚੰਗਾ ਮਤਲਬ ਸਿਸਟਮ ਬਣਾ ਲਿਆ। ਸ਼ਨੀਵਾਰ ਨੂੰ ਮੈਂ ਗਿਆ ਸੀਗਾ, ਅਸੀਂ ਉੱਥੇ ਗਏ ਸੀਗੇ ਕਟਾਲਾ, ਕਟਾਲਾ ਇੱਕ ਪਿੰਡ ਹੈ ਅਤੇ ਥੋੜ੍ਹਾ ਜਿਹਾ ਕੰਡੀ ਵਾਲੀ ਸਾਈਡ ਹੀ ਹੈ, ਨਵਾਂਸ਼ਹਿਰ ਬਲਾਚੌਕ, ਬਲਾਚੌਕ ਬਲੋਕ ਦੇ ਵਿੱਚ, ਬਲਾਚੌਕ 2 ਬਲੋਕ ਦੇ ਵਿੱਚ ਪੈਂਦਾ। ਉੱਥੇ ਇੰਨਾ ਸਾ ਕਲਾਸਰੂਮ ਹੋਣਾ, ਸਾਰੇ ਪ੍ਰਾਈਮਰੀ ਪ੍ਰੀ ਪ੍ਰਾਈਮਰੀ ਦੇ ਬੱਚੇ ਬੜੇ ਆਰਾਮ ਨਾਲ ਬੈਠੇ, ਫ੍ਰੀ ਮਾਈਂਡ,
ਬਾਹਰੋਂ ਆਇਆ ਕੋਈ ਜਿਵੇਂ ਆਮ ਤੌਰ 'ਤੇ ਕਲਾਸ ਨਹੀਂ ਬੱਚੇ ਜੈਸੇ ਖੜ੍ਹੇ ਹੁੰਦੇ ਹੈ ਗੁੱਡ ਮੋਰਨਿੰਗ ਸਰ ਹਾਓ ਆਰ ਯੂ ਸਰ ਫਿਰ ਬੱਚੇ ਕਹਿੰਦੇ ਸਾਰਿਆਂ ਨੂੰ ਤੁਸੀਂ ਬਿਠਾਓ ਜੈਨ ਔਰ ਬੜੀ ਸਾਰੀ ਚੀਜ਼ਾਂ ਉਹ ਬੱਚੇ ਬਿਲਕੁਲ ਇੱਕਦਮ ਆਪਣੇ ਆਰਾਮ ਨਾਲ ਜਸਟ ਲਾਈਕ ਟੀਮ ਆਰਾਮ ਸੇ ਬੈਠੇ ਕੋਈ ਪਰਵਾਹ ਨਹੀਂ ਉਹਨਾਂ ਨੂੰ ਕੋਈ ਆਏ ਕੋਈ ਜਾਏ ਦੇ ਆਰ ਆਲ ਫਰੀ ਇਹ ਕੁਛ ਕਰੀ ਜਾ ਰਿਹਾ ਦੂਸਰਾ ਕੁਛ ਕਰੀ ਜਾ ਰਿਹਾ ਇੱਥੇ ਸਟੋਰੀ ਚੱਲ ਰਹੀ ਹੈ ਉਹ ਟੀਚਰ ਨੇ ਐਂਡ ਇਟ ਵਾਜ਼ ਨੋਟ ਟੀਚਰਸ ਕ੍ਰੀਏਸ਼ਨ ਕਿ ਬੱਚਿਆਂ ਦਾ ਕਿਵੇਂ ਧਿਆਨ ਡਾਇਵਰਟ ਕਰਨਾ ਕਿਵੇਂ ਕਰਨਾ ਕਦੀ ਪ੍ਰੋਜੈਕਟ ਵਾਲੀ ਸਾਈਡ 'ਤੇ ਲਗਾ ਦੇਣਾ ਕਦੀ ਆਪਣੀ ਪ੍ਰੋਜੈਕਟ ਕਰਾ ਦੇਣੀ ਹੈ ਕੋਈ ਜ਼ਿਆਦਾ ਬੱਚਾ ਫਿਰ ਨਹੀਂ ਦੇ ਰਿਹਾ ਤੁਹਾਡੀ ਕਿਹਦੀ ਐਕਟੀਵਿਟੀ ਕਰਾ ਦੇਣੀ ਹੈ ਕਿਉਂਕਿ ਬੱਚਿਆਂ ਨੂੰ ਅਟੈਂਸ਼ਨ ਚਾਹੀਦਾ ਇੰਨੀ ਮਤਲਬ ਉੱਥੇ ਅੱਛਾ ਫਿਰ ਪ੍ਰੀ ਪ੍ਰਾਇਮਰੀ ਸਕੂਲ ਦੇ ਬੱਚੇ ਅੰਗਰੇਜ਼ੀ ਬੋਲਦੇ ਇਹ ਮਤਲਬ ਔਰ ਭਾਵੇਂ ਉਹ ਲਿਖ ਨਹੀਂ ਸਕਦੇ ਇਹ ਤਾਂ ਜ਼ਰੂਰ ਹੈ ਕਿ ਲਿਖ ਨਹੀਂ ਸਕਦੇ ਲਿਖਣਾ ਸਿੱਖ ਜਾਏਗਾ ਕੋਈ ਗੱਲ ਨਹੀਂ ਬੱਚਾ ਆਪੇ ਸਿੱਖ ਜਾਏਗਾ ਪਰ ਉਸ ਬੱਚੇ ਦੀ ਜੋ ਸਮਝ ਹੈ ਤੁਸੀਂ ਉਹਦੇ ਨਾਲ ਅੰਗਰੇਜ਼ੀ 'ਚ ਬੋਲੋ ਦੋ ਸੈਂਟੈਂਸ ਬੋਲੋ ਤੁਹਾਨੂੰ ਇੰਨਾ ਹੈ ਕਿ ਤੁਸੀਂ ਕਹਿ ਕੀ ਰਹੇ ਅਤੇ 3 ਸਾਲ ਦਾ ਬੱਚਾ ਸਾਡਾ ਬਿਲਕੁਲ ਇੱਕਦਮ 3 ਸਾਲ ਦਾ ਬੱਚਾ ਗਰੀਬ ਦਾ ਬੱਚਾ ਮਜ਼ਦੂਰ ਦਾ ਬੱਚਾ ਸਾਡੇ ਸਕੂਲ ਦੇ ਵਿੱਚ ਆ ਰਿਹਾ ਤਾਂ ਇਹ ਮਤਲਬ ਇਹ ਕੋਈ ਆਪਣੇ ਆਪ ਦੇ ਵਿੱਚ ਰਿਵੋਲਿਊਸ਼ਨ ਤੋਂ ਘੱਟ ਨਹੀਂ ਔਰ ਇਸੇ ਕਰਕੇ ਸਾਨੂੰ ਜਿਹੜਾ ਪ੍ਰੀ ਪ੍ਰਾਇਮਰੀ 'ਤੇ ਆਪਾਂ ਨੂੰ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ ਪ੍ਰੀ ਪ੍ਰਾਇਮਰੀ ਦੈਨ ਪ੍ਰਾਇਮਰੀ ਔਰ ਉਸ ਤੋਂ ਬਾਅਦ ਆਪਣੇ ਆਪ ਹੀ ਫਿਰ ਸਿਸਟਮ ਉਹ ਬਣ ਜਾਏਗਾ ਸੋ ਤੁਹਾਡਾ ਜ਼ਿਆਦਾ ਟਾਈਮ ਕਿਉਂਕਿ ਤੁਹਾਡਾ ਸ਼ਡਿਊਲ ਬੜਾ ਟਾਈਟ ਹੈ ਸੋ ਆਈ ਨੋ ਕਿ 3 ਮਹੀਨਾ ਤੁਹਾਡਾ ਪੂਰਾ ਸ਼ਡਿਊਲ ਹੈ ਬਟ ਜੇ ਤੁਹਾਨੂੰ ਲੱਗੇ ਕਿ ਨਹੀਂ ਜ਼ਿਆਦਾ ਹੈ ਤਾਂ ਤੁਸੀਂ ਜੀ ਆਪਸ ਦੇ ਵਿੱਚ ਥੋੜ੍ਹੀ ਬਹੁਤ ਰਿਲੈਕਸੇਸ਼ਨ ਦੇ ਦਿਓ ਕੋਈ ਗੱਲ ਨਹੀਂ ਹੈਗੀ ਦੇਖੋ ਟ੍ਰੇਨਿੰਗ ਆਪਾਂ ਉਹੀ ਕਰਨੀ ਹੈ ਜਿੱਥੇ ਬੋਰੀਅਤ ਨਹੀਂ ਹੁੰਦੀ ਬਿਨਾਂ ਬੋਰੀਅਤ ਐਂਡ ਐਕਟਿਵ ਪਾਰਟੀਸਪੇਸ਼ਨ ਆਈਡੀਆ ਲੈਣੇ ਚਾਹੀਦੇ ਦੇਖੋ ਇੱਥੇ ਆਪਾਂ 30-40-50 ਟੀਚਰ ਇਕੱਠੇ ਹੋਏ ਹਾਂ ਅਤੇ 50 ਬੰਦਿਆਂ ਦੇ ਵਿੱਚੋਂ ਜੇ ਮੰਨ ਲਓ 10 ਆਈਡੀਆ ਨੂੰ ਆਉਣ ਨੂੰ ਹੋਰ ਬੈਟਰ ਕਰਨ ਦੇ ਲਈ ਅਤੇ ਡਿਪਾਰਟਮੈਂਟ ਨੂੰ ਫਾਇਦਾ ਡਿਪਾਰਟਮੈਂਟ ਨੂੰ ਕੁਛ ਨਹੀਂ ਪਤਾ ਲੱਗਦਾ ਡਿਪਾਰਟਮੈਂਟ ਜਿੱਥੇ ਅਸੀਂ ਬੈਠੇ ਹਾਂ ਸਾਨੂੰ ਕੁਛ ਨਹੀਂ ਪਤਾ ਸਕੂਲਾਂ ਦੇ ਬੱਚਿਆਂ ਨੂੰ ਤੁਸੀਂ ਪੜ੍ਹਾਉਂਦੇ ਹੋ ਮਾਂ ਬਾਪ ਨੂੰ ਤੁਸੀਂ ਮਿਲਦੇ ਹੋ ਜਿਹੜੀ ਦਿੱਕਤ ਮਹਿਸੂਸ ਕਰਦੇ ਹੋ ਤੁਸੀਂ ਕਰਦੇ ਹੋ ਅਸੀਂ ਨਹੀਂ ਕਰਦੇ ਉੱਥੇ ਬੈਠੇ ਚੰਡੀਗੜ੍ਹ ਬੈਠੇ ਨਹੀਂ ਕਰਦੇ ਤਾਂ ਚੀਜ਼ਾਂ ਇੱਦਾਂ ਹੋਣੀ ਚਾਹੀਦੀਆਂ ਥੱਲੋਂ ਲੈਣੀ ਚਾਹੀਦੀਆਂ ਚੀਜ਼ਾਂ ਵੀ ਇਹ ਚੀਜ਼ ਹੈ ਇਹ ਸੁਝਾਅ ਹੈ ਤੁਸੀਂ ਇਹ ਕਰ ਦਿਓ ਕੁਛ ਚੀਜ਼ਾਂ ਦੇ ਪੈਸੇ ਲੱਗਣੇ ਕੁਛ ਚੀਜ਼ਾਂ ਦੇ ਬਿਨਾਂ ਪੈਸੇ ਨਹੀਂ ਹੋਣੇ ਬਿਨਾਂ ਪੈਸੇ ਨਹੀਂ ਹੋਣੇ ਉਹਨਾਂ ਤੋਂ ਰੋਲਾ ਹੀ ਕੋਈ ਨਹੀਂ ਹੈ ਉਦੋਂ ਪੈਸੇ ਨਹੀਂ ਹੋਣੇ ਤਾਂ ਠੀਕ ਹੈ ਸਰਕਾਰ ਹੈ ਡਿਪਾਰਟਮੈਂਟ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਐਂਡ ਦੇ ਵਿਲ ਟ੍ਰਾਈ ਐਕਟ ਬੜੀ ਕਾਫੀ ਸਾਰੀ ਚੀਜ਼ਾਂ ਆ ਰਹੀਆਂ ਠੀਕ ਪ੍ਰਾਇਮਰੀ ਦੇ ਲਈ ਬੜੀ ਛੇਤੀ ਜਲਦੀ ਮਤਲਬ ਪ੍ਰੋਜੈਕਟਸ ਵਗੈਰਾ ਵੀ ਆ ਰਹੇ ਹੈ ਹੋਰ ਦੂਸਰੀਆਂ ਵੀ ਆ ਰਹੀਆਂ ਬੈਂਚਿਸ ਵੀ ਸ਼ਾਇਦ ਤੁਹਾਡੇ ਸਕੂਲਾਂ ਦੇ ਕੁਛ ਤਿਆਰ ਨਹੀਂ ਹੋਣੇ ਪਹੁੰਚ ਕੇ ਹੋਣੇ ਬੈਂਚ ਦੀ ਕੁਆਲਿਟੀ ਕਿਹੋ ਜਿਹੀ ਹੈ ਵਧੀਆ ਪੈਨਸ਼ਨ ਕਰਾ ਕੁ ਰੱਖਣਾ ਜੀ ਉਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਦੇਖੋ ਗੱਲ ਇਹ ਹੈ ਤੁਸੀਂ ਕਹੋਗੇ ਸਰ ਤੁਸੀਂ ਸਾਨੂੰ ਪੈਸੇ ਤਾਂ ਦਿੰਦੇ ਨਹੀਂ ਮੰਨ ਲਈਗਾ ਤੁਹਾਡੇ ਕੋਲ ਪੈਸਾ ਅਸੀਂ ਨਹੀਂ ਦਿੰਦੇ ਪਰ ਤੁਸੀਂ ਇੰਨਾ ਆਪਣੇ ਹੀ ਕਈ ਅਧਿਆਪਕਾਂ ਨੂੰ ਆਪਣੀ ਜੇਬ ਤੋਂ ਪੈਸੇ ਲੈ ਰਹੇ ਇਹ ਸਿਰਫ ਇੱਕ ਐਜੂਕੇਸ਼ਨ ਡਿਪਾਰਟਮੈਂਟ ਹੀ ਹੈ ਜਿੱਥੇ ਕਿ ਸਰਕਾਰੀ ਮੁਲਾਜ਼ਮ ਆਪਣੀ ਜੇਬ ਤੋਂ ਪੈਸਾ ਲਗਾ ਸਕਦਾ ਬਾਕੀ ਮੈਂ ਕਿਸੇ ਹੋਰ ਡਿਪਾਰਟਮੈਂਟ 'ਚ ਮੈਂ ਦੇਖਿਆ ਨਹੀਂ ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਤਨਖਾਹ ਤੋਂ ਪੈਸੇ ਲਗਾਉਂਦੇ ਹਨ ਤਾਂ ਇਹ ਬਹੁਤ ਵੱਡਾ ਮਤਲਬ ਜਦੋਂ ਵੀ ਕੋਈ ਮੀਟਿੰਗਾਂ ਵੀ ਹੁੰਦੀਆਂ ਮੈਂ ਉਸ ਮੀਟਿੰਗਾਂ ਦੇ ਵਿੱਚ ਵੀ ਕਹਿੰਦਾ ਔਰ ਇਹ ਗੱਲ ਧਿਆਨ 'ਚ ਵੀ ਲੈਂਦੇ ਹਾਂ ਅਸੀਂ ਔਰ ਸਰਕਾਰ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣੂ ਹੈ ਇੰਨੀ ਕੋਈ ਗੱਲ ਹੈਗੀ ਹੈ ਇਸ ਤੋਂ ਬਾਅਦ ਦੂਸਰੀ ਗੱਲ ਜਿਹੜੀ ਹੈ ਨਾ ਇਸ ਤੋਂ ਵੀ ਜ਼ਿਆਦਾ ਤੋਂ ਇੰਪੋਰਟੈਂਟ ਹੈ ਭਾਵੇਂ ਆਪਾਂ ਕਮਿਊਨਿਟੀ ਤੋਂ ਲਈਏ 500 ਰੁਪਇਆ ਭਾਵੇਂ ਲਈਏ 100 ਰੁਪਇਆ ਚਾਹੇ ਭਾਵੇਂ ਲਈਏ 50 ਰੁਪਇਆ ਪਰ ਉਹ ਜਦੋਂ ਦੇਣਗੇ ਤਾਂ ਉਹਨਾਂ ਦੀ ਇੱਕ ਥੋੜ੍ਹੀ ਬਹੁਤ ਲੋਨਲੀਨੈਸ ਬਣੇਗੀ ਔਰ ਉਹ ਆਪਾਂ ਜ਼ਰੂਰ ਕਰਾਂਗੇ ਔਰ ਇਹ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ ਆਲਵੇਜ਼ ਫੋਰ ਦਾ ਬੈਟਰ ਮੈਂਟ ਕੁਛ ਬੱਚੇ ਨੂੰ ਕੁਛ ਕਰਾ ਦਿਆ ਕਿਸੇ ਨੂੰ ਕੁਛ ਕਰਾ ਦਿਆ ਮਿਡ ਡੇ ਮੀਲ ਜਿਵੇਂ ਹੁਣ ਫਿਲਹਾਲ ਮੈਂ ਮਿਡ ਡੇ ਮੀਲ ਦੀ ਕੋਈ ਸ਼ਿਕਾਇਤ ਵੈਸੇ ਸੁਣੀ ਨਹੀਂ ਹੈ ਚੰਗਾ ਚੱਲ ਰਿਹਾ ਪਰ ਮਿਡ ਡੇ ਮੀਲ ਨੂੰ ਹੋਰ ਵਧੀਆ ਆਪਾਂ ਕਰੀਏ ਔਰ ਤੁਸੀਂ ਮਿਡ ਡੇ ਮੀਲ ਤੁਸੀਂ ਖਾਇਆ ਕਰੋ ਜੀ ਉੱਥੇ ਬੈਠ ਕੇ ਤੁਹਾਨੂੰ ਆਪਣੇ ਘਰੋਂ ਕੋਈ ਲੰਚ ਬੋਕਸ ਲੈਣ ਦੀ ਲੋੜ ਨਹੀਂ ਸਵੇਰ ਤੁਸੀਂ ਉੱਠਦੇ ਹੋ ਫਿਰ ਕਈਆਂ ਨੇ ਥੋੜ੍ਹਾ ਦੂਰ ਜਾਣਾ ਹੁੰਦਾ 20-30 ਕਿਲੋਮੀਟਰ ਤਾਂ ਆਮ ਤੌਰ 'ਤੇ ਅਤੇ ਉੱਥੇ ਫਿਰ ਆਪਣਾ ਉਹ ਕੀ ਕਹਿੰਦੇ ਟਿਫਨ ਬਣਾਓ ਜੀ ਆਪਣੀ ਰੋਟੀ ਪਾਣੀ ਬਣਾਓ ਤਿਆਰ ਹੋ ਫਿਰ ਜਾਓ ਟਾਈਮ ਲੱਗਦਾ ਤੁਹਾਨੂੰ ਆਪਣੀ ਰੋਟੀ ਬਣਾਉਣ ਦੀ ਕੋਈ ਲੋੜ ਨਹੀਂ ਹੈ ਜੀ ਤੁਸੀਂ ਸਕੂਲ 'ਚ ਆਓ ਜੇ ਤੁਸੀਂ ਉੱਥੇ ਰੋਟੀ ਖਾਓਗੇ ਤਾਂ ਵਧੀਆ ਰੋਟੀ ਬਣੂਗੀ ਕੁਆਲਿਟੀ ਦੀ ਰੋਟੀ ਬਣੂਗੀ ਬਸ ਡਿਪਾਰਟਮੈਂਟ ਨੂੰ ਇਹ ਤਸਲੀ ਚਾਹੀਦੀ ਤੁਹਾਡੀ ਇਹ ਚੀਜ਼ਾਂ ਦਾ ਨਾਮ ਬਲਕਿ ਇਹਨੂੰ ਆਪਾਂ ਖੂਬ ਬਣਾਈਏ ਕਿ ਟੀਚਰ ਜੋ ਹੈ ਆਪਣਾ ਜੋ ਵੀ ਟੀਚਰ ਤੁਸੀਂ ਜਿੱਥੇ ਵੀ ਸਕੂਲਾਂ 'ਚ ਹੈਗੇ ਉਹ ਜਿੰਨੇ ਵੀ ਹੈ ਇੱਕ ਹੈ 2 ਹੈ 3 ਹੈ 4 ਉਹਦੇ ਵਿੱਚ ਹੀ ਮਿਡ ਡੇ ਵਿੱਚ ਇੰਨਾ ਸਭ ਕੁਛ ਆਉਂਦਾ ਕਿ 2-4 ਬੰਦਿਆਂ ਦੀ ਰੋਟੀ ਪਾਣੀ ਦੇ ਲਈ ਨਾ ਕੁਛ ਫਰਕ ਨਹੀਂ ਪੈਂਦਾ ਉਹਦੇ ਨਾਲ ਤੁਸੀਂ ਇੰਨਾ ਚੰਗਾ ਕਰ ਦਿਓਗੇ ਉਹਨੂੰ ਉਹਦੀ ਕੁਆਲਿਟੀ ਵਧੀਆ ਬਣਾ ਦਿਓਗੇ ਬੱਚੇ ਆਉਂਦੇ ਉਹਨਾਂ ਨੂੰ ਲੱਗੇਗਾ ਕਿ ਸਾਡੇ ਮੈਡਮ ਸਾਡੇ ਨਾਲ ਸਾਡੇ ਟੀਚਰ ਸਾਡੇ ਨਾਲ ਬੈਠ ਕੇ ਖਾ ਰਹੇ ਨੇ ਇਹ ਬੜੀ ਸਾਰੀ ਚੀਜ਼ਾਂ ਮੈਂ ਇਸ ਤੋਂ ਜ਼ਿਆਦਾ ਤੋਂ ਦੇਖੋ ਮੈਂ ਕੁਛ ਕਹਿ ਨਹੀਂ ਸਕਦਾ ਤੁਹਾਨੂੰ ਬਾਕੀ ਤੁਸੀਂ ਕੋਈ ਸਜੈਸ਼ਨ ਦੇਣਾ ਤੁਹਾਨੂੰ ਦੇ ਦਿਓ
ਮੈਂ ਕੋਈ ਅਗਲਾ ਸੈਂਟਰ 'ਤੇ ਜਾ ਕੇ ਉੱਥੇ ਵੀ ਮਿਲਾਵਾਂ ਉਹਨਾਂ ਲੋਕਾਂ ਨੂੰ। ਇਫ ਯੂ ਵਾਂਟ ਟੂ ਸੇ ਸਮਥਿੰਗ ਫਿਰ ਫਰੀ, ਜੋ ਵੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ। ਹਾਂ ਜੀ ਦੱਸੋ, ਬੈਠੇ ਬੈਠੇ ਦੱਸੋ ਕੋਈ ਗੱਲ ਨਹੀਂ। ਹਾਂ ਠੀਕ ਹੈ। ਫਸਟ ਆਫ ਆਲ ਆਈ ਐਮ ਵੈਰੀ ਆਨਰਡ ਕਿ ਮੈਂ ਕਲਾਸਮੇਟ ਅਮਨਦੀਪ ਸਿੰਘ ਬਲਵਿੰਦਰ ਬੀਐਡ ਕਲਾਸਮੇਟ। ਅੱਛਾ ਆਈ ਡੋਨਟ ਨੋ ਮਾਈ ਕਿ ਪੀਸ ਵਿਦ ਯੂ ਅੱਜ ਅਸੀਂ ਪਹੁੰਚੇ ਸੀਗੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਪ੍ਰਾਇਮਰੀ ਪੱਧਰ ਦੀ ਪ੍ਰੀ ਪ੍ਰਾਇਮਰੀ ਦੀ ਜਿਹੜੀ ਟ੍ਰੇਨਿੰਗ ਹੋ ਰਹੀ ਹੈ। ਸੈਕਟਰੀ ਸਾਹਿਬ ਉਹਦੇ 'ਚ ਆਏ ਸੀਗੇ। ਦਸੂਆ ਦੇ ਵਿੱਚ ਪਿੰਡ ਹੈ ਜਲੋਟਾ, ਵਧੀਆ ਸੋਹਣਾ ਸਕੂਲ ਬਣਾਇਆ ਹੋਇਆ ਇਹਨਾਂ ਨੇ, ਸੈਂਟਰ ਵੀ ਬੜਾ ਸੋਹਣਾ ਬਣਾਇਆ ਹੋਇਆ। ਇੱਥੋਂ ਦੇ ਬੀ ਪੀ ਓ ਸਾਹਿਬ ਬਹੁਤ ਮਿਹਨਤੀ ਨੇ, ਉਹ ਆਪ ਮਤਲਬ ਪੂਰਾ ਪ੍ਰੋਪਰ ਖਿਆਲ ਰੱਖ ਰਹੇ ਨੇ। ਸਭ ਤੋਂ ਵਧੀਆ ਗੱਲ ਇਹ ਹੈ ਕਿ ਟੀਚਰਸ ਨੇ ਸਰ ਨੂੰ ਜੋ ਆਨਸਰ ਦਿੱਤੇ ਆ ਜਾਂ ਉਹਨਾਂ ਦੀ ਪਾਰਟੀਸਪੇਸ਼ਨ ਹੈ ਟੀਚਰਸ ਦੀ ਟ੍ਰੇਨਿੰਗ ਦੇ ਵਿੱਚ, ਉਹ ਬੜੀ ਪਿਆਰੀ ਹੈ। ਔਰ ਸਟੇਟ ਲੈਵਲ 'ਤੇ ਜੋ ਪਹਿਲਾਂ ਸਟੇਟ ਲੈਵਲ 'ਤੇ ਆਰ ਆਈ ਸੀ ਐਮ 'ਚ ਟ੍ਰੇਨਿੰਗਸ ਹੋਈਆਂ ਨੇ, ਹੁਣ ਅਸੀਂ ਜਦੋਂ ਇੱਥੇ ਆ ਕੇ ਗਰਾਊਂਡ 'ਚ ਦੇਖਦੇ ਹਾਂ ਬਿਲਕੁਲ ਹੂ ਬਹੂ ਉੱਦਾਂ ਦੀ ਟ੍ਰੇਨਿੰਗ ਹੋ ਰਹੀ ਆ, ਬਹੁਤ ਅੱਛੀ ਗੱਲ ਹੈ। ਅਸੀਂ ਹੁਣ ਇੱਥੇ ਲਾਈਵ ਹੋਏ ਸੀ, ਅਸੀਂ ਜਾ ਕੇ ਹੁਣ ਹੋਰ ਕਿਤੇ ਲਾਈਵ ਹੋਵਾਂਗੇ, ਉਹ ਅਸੀਂ ਮੌਕੇ 'ਤੇ ਅਸੀਂ ਤੁਹਾਨੂੰ ਲਾਈਵ ਹੋ ਕੇ ਦੱਸਾਂਗੇ ਕਿਹੜੇ ਪਾਸੇ ਜਾਣਾ। ਅਤੇ ਉਦੋਂ ਤੱਕ ਲਈ ਤੁਸੀਂ ਲਾਈਵ ਦੇਖਿਆ ਸਾਡਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਮਿੰਟ ਲਈ ਮੈਂ ਦੁਬਾਰਾ ਤੁਹਾਨੂੰ ਦਿਖਾ ਦਿੰਦਾ। ਬਿਲਕੁਲ ਜੀ ਬਿਲਕੁਲ, ਇਹ ਗੱਲ ਮੈਂ ਪੂਰੀ ਹੈ ਤੁਹਾਨੂੰ ਕਹਿਣੀ ਹੈ, ਬਹੁਤ ਬਹੁਤ ਤੁਹਾਡਾ ਸਕੂਲ ਹੈ ਵੈਨਸੋਤਾ ਹੈ, ਐਂਡ ਤੁਹਾਡਾ ਸੁਨਾ ਮੈਂ ਸੁਨੀਤਾ ਵੈਰੀ ਬਹੁਤ 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 ਧੰਨਵਾਦ ਸਾਰਿਆਂ ਦਾ, ਤੁਸੀਂ ਲਾਈਵ ਸੁਣਿਆ। ਹੁਣ ਇੱਕ ਘੰਟੇ ਬਾਅਦ ਦੁਬਾਰਾ ਅਸੀਂ ਫਿਰ ਲਾਈਵ ਹੋਵਾਂਗੇ। ਬਹੁਤ ਬਹੁਤ ਧੰਨਵਾਦ।